ਸ਼ਸ਼ੀਕਾਲ ਜੀ ਸਵੇਰ ਦੀ ਸ਼ੁਰੂਆਤ ਹੋਈ ਮੇਰੀ ਕੋਸਾ ਪਾਣੀ ਪੀਣ ਨਾਲ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਕੇ ਜ਼ਰੂਰੀ ਕੰਮ ਕੀਤੇ ਜਿਵੇਂ ਆਟਾ ਗੁੰਨੇ ਆ ਸਬਜੀ ਬਣਾਈ ਉਸ ਤੋਂ ਬਾਅਦ ਮੈਂ 6 ਵਜੇ ਦੇ ਕਰੀਬ ਲਗਭਗ ਸੈਰ ਕਰਨ ਗਈ ਫਿਰ ਰਸਤੇ ਦੇ ਵਿੱਚ ਆਜੇ ਸਾਡੀ ਬੇકરી ਦੀ ਦੁਕਾਨ ਖੁੱਲੀ ਹੁੰਦੀ ਹੈ ਮਾਰਨਿੰਗ 6 ਵਜੇ ਇਹਨਾਂ ਤੋਂ ਮੈਂ ਬ੍ਰੈਡ ਲਈ ਬ੍ਰਾਊਨ ਬ੍ਰੈਡ ਬੇਟੇ ਲਈ ਘਰ ਆ ਕੇ ਰੱਸੀ ਕੁਦੀ ਬੈਕ ਟੂ ਬੈਕ ਸਾਰੀਆਂ ਐਕਸਰਸਾਈਜ਼ ਕੀਤੀਆਂ ਜਿਹੜੀਆਂ ਮੈਂ ਡੇਲੀ ਕਰਦੀਆਂ ਰੁਟੀਨ ਦੇ ਵਿੱਚ ਜਿਹਨਾਂ ਨਾਲ ਆਪਣਾ ਬੈਲੀ ਫੈਟ ਤੇ ਸਾਈਡ ਫੈਟ ਘਟ ਹੁੰਦਾ ਏ ਇਹ ਕੀਤੀਆਂ ਉਸ ਤੋਂ ਬਾਅਦ ਨਹਾ ਧੋ ਕੇ ਫਰੈਸ਼ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਆਪਣੀ ਡਾਈਟ ਲਈ ਮੈਂ ਉਸ ਤੋਂ ਬਾਅਦ ਕਿਚਨ ਦੇ ਵਿੱਚ ਬੈਟ ਲਈ ਦੁੱਧ ਬਣਾਇਆ ਨਹਾ ਧੋ ਕੇ ਤਿਆਰ ਹੋ ਕੇ ਸਕੂਲ ਲਈ ਰੈਡੀ ਹੋਈ ਮੈਂ ਤੇ ਬ੍ਰੇਕਫਾਸਟ ਚ ਸਬਜੀ ਤੇ ਫੁਲਕਾ ਸੀ ਸਕੂਲ ਜਾ ਕੇ ਇਹ ਦੋਨੋਂ ਚੀਜ਼ਾਂ ਖਾਈਆਂ ਕੈਰਟ ਤੇ ਔਰੇਂਜ ਉਸ ਤੋਂ ਬਾਅਦ ਦੁਪਹਿਰੇ ਪਨੀਰ ਦੀ ਸਬਜ਼ੀ ਨਾਲ ਦੋ ਫੁਲਕੇ ਸੀ ਘਰ ਆ ਕੇ ਘਰ ਦੇ ਜ਼ਰੂਰੀ ਕੰਮ ਕੀਤੇ ਫਿਰ ਐਕਸਰਸਾਈਜ਼ ਆਪਣੀਆਂ ਕੀਤੀਆਂ ਸੈਰ ਤੇ ਗਈ ਸ਼ਾਮੀ ਰੱਸੀ ਕੁੱਦੀ ਡਿਨਰ ਦੇ ਵਿੱਚ ਅੱਜ ਦਾਲ ਸਬਜ਼ੀ ਤੇ ਫੁਲਕੇ ਸੀ ਡਿਨਰ ਕਰਨ ਤੋਂ ਬਾਅਦ ਮੈਂ ਰਾਤੀ ਕੱਪੜੇ ਧੋਏ ਸਵੇਰੇ ਟਾਈਮ ਨਹੀਂ ਹੁਣਾ ਮੇਰੇ ਕੋਲ ਉਸ ਤੋਂ ਬਾਅਦ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਅੱਜ ਦਾ ਦਿਨ ਮੇਰਾ ਬਹੁਤ ਵਧੀਆ ਗਿਆ ਤੇ ਇਹ ਹੈ ਮੇਰੀ ਅੱਜ ਦੀ ਸੈਲਫੀ ਇਹਦੇ ਨਾਲ ਬਲੌਗ ਦਾ ਐਂਡ ਹੁੰਦਾ ਹੈ